ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਟੋਲ ਪਲਾਜ਼ੇ ਖਤਮ ਕਰਨ ਬਾਰੇ ਕੇਂਦਰੀ ਮੰਤਰੀ ਗੜਕਰੀ ਵੱਲੋਂ ਹੋ ਗਿਆ ਇਹ ਵੱਡਾ ਐਲਾਨ ਦੋਸਤੋ ਵੀਡੀਓ ਨੂੰ ਪੂਰੀ ਲਾਸ਼ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਚਾਰੇ ਪਾਸੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਹੁਣ ਦੇਖਦੇ ਹਾਂ ਸੜਕੀ ਕੇਂਦਰੀ ਸੜਕਾਂ ਤੇ ਟਰਾਂਸਪੋਰਟ ਮੰਤਰੀ ਨਤਨ ਗੜਕਰੀ ਨੇ ਸ਼ਹਿਰੀ ਟੋਲ ਪਲਾਜ਼ਿਆਂ ਦੇ ਸਬੰਧ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਲੋਕ ਸਭਾ ਦੇ ਵਿੱਚ ਉਹਨਾਂ ਨੇ ਬਿਆਨ ਦਿੰਦੇ ਹੋਏ ਆਖਿਆ ਕਿ ਆਉਂਦੇ 1 ਸਾਲ ਤੱਕ ਪੂਰੇ ਦੇਸ਼ ਭਰ ਦੇ ਸ਼ਹਿਰਾਂ ਵਿੱਚੋਂ ਟੋਲ ਪਲਾਜ਼ੇ ਖਤਮ ਕਰ ਦਿੱਤੇ ਜਾਣਗੇ ਤੇ ਇਸ ਸਬੰਧੀ ਇੱਕ ਯੋਜਨਾ ਦੇ ਉੱਪਰ ਕੀਤਾ ਜਾ ਰਿਹਾ ਹੈ ਕੰਮ। ਆਉਣ ਵਾਲੇ ਸਮੇਂ ਦੇ ਦੌਰਾਨ ਸੜਕ ਉੱਪਰ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਟੋਲ ਅਦਾ ਕਰਨਾ ਪਵੇਗਾ ਤੇ ਇਸ ਵਿੱਚ ਇਹ ਐਲਾਨ ਨਿਤਨ ਗੜਕਰੀ ਤੇ ਨੇ ਅਮਰੂਹਾ ਦੇ ਤੋਂ ਬਸਪਾ ਸੰਸਦ ਮੈਂਬਰ ਕੋਂਬਰ ਦਿਨਾਸ਼ਿਕ ਅਲੀ ਬਲੋੜਕਾ ਤੇ ਨਗਰ ਨਗਮ ਦੀ ਹੱਦ ਵਿੱਚ ਟੂਲ ਪਲਾਜਾ ਲਗਵਾਉਣ ਦੇ ਮੁੱਦੇ ਦੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਬੱਚੋਂ ਕੀਤਾ ਗਿਆ ਤੇ ਨਿਤਨ ਗੜਕਰੀ ਨੇ ਆਖਿਆ ਕਿ ਨਵੀਂ ਟੈਕਨੋਲੋਜੀ ਤੋਂ ਬਾਅਦ ਜਦੋਂ ਮੁਸਾਫਰ ਹਾਈਵੇ ਦੇ ਉੱਪਰ ਚੜਨ ਜਾਂਦਾ GPS ਦੀ ਮਦਦ ਦੇ ਨਾਲ ਉਹਨਾਂ ਦੀ ਫੋਟੋ ਲਈ ਜਾਵੇਗੀ ਤੇ ਹਾਈਬਟ ਉਤਰਨ ਤੋਂ ਬਾਅਦ ਤੈਅ ਕੀਤੀ ਗਈ ਦੂਰੀ ਦਾ ਟੋਲ ਹੀ ਮਸਾਫਰ ਤੋਂ ਅਦਾ ਕਰਨਾ ਪਵੇਗਾ ਦੋਸਤੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਚਾਰੇ ਪਾਸੇ ਦੋਸਤੋ ਧੰਨਵਾਦ